ਤੁਹਾਨੂੰ ਸਾਰਿਆਂ ਨੂੰ ਜਸਵਿੰਦਰ ਚਾਹਲ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ। ਧੰਨ ਧੰਨ ਸ਼੍ਰੀ ਗੁਰੂ ਨਾਨਕ ਸਾਹਿਬ ਜੀ ਦੇ ਅਵਤਾਰ ਪੁਰਬ ਦੀਆਂ ਆਪ ਸਭ ਜੀ ਨੂੰ ਬਹੁਤ ਬਹੁਤ ਮੁਬਾਰਕਾਂ। ਅੱਜ ਦੇ ਇਸ ਪਾਵਨ ਪਵਿੱਤਰ ਪੁਰਬ ਦੇ ਮੌਕੇ ਆਪਣੀ ਕਲਮ ਦੇ ਵਿੱਚੋਂ ਕੁਝ ਅਲਫਾਜ਼ ਤੁਹਾਡੇ ਰੂਬਰੂ ਕਰਨ ਲੱਗਾ। ਮਹਿਤਾ ਕਾਲੂ ਅਤੇ ਮਾਂ ਤ੍ਰਿਪਤਾ ਦੇ ਘਰ ਨੂੰ ਭਾਗ ਲਾਇਆ ਸੀ, ਮਹਿਤਾ ਕਾਲੂ ਅਤੇ ਮਾਂ ਤ੍ਰਿਪਤਾ ਦੇ ਘਰ ਨੂੰ ਭਾਗ ਲਾਇਆ ਸੀ, ਨਨਕਾਣੇ ਦੀ ਧਰਤੀ 'ਤੇ ਜਦ ਬਾਬਾ ਨਾਨਕ ਜਾਇਆ ਸੀ। ਭਜਨ ਬੰਦਗੀ ਵਾਲੀ ਰੱਬ ਰੂਪੀ ਤਸਵੀਰ ਨੇ, ਭਜਨ ਬੰਦਗੀ ਵਾਲੀ ਰੱਬ ਰੂਪੀ ਤਸਵੀਰ ਨੇ ਜੱਗ ਵਿੱਚ ਚਾਨਣ ਕੀਤਾ ਬੇਬੇ ਨਾਨਕੀ ਦੇ ਵੀਰ ਨੇ। ਏਕਮਕਾਰ ਲਿਖ ਫੱਟੀ 'ਤੇ ਇੱਕ ਜੋਤ ਦਾ ਹੋਕਾ ਲਾਇਆ ਜੀ, ਏਕਮਕਾਰ ਲਿਖ ਫੱਟੀ 'ਤੇ ਇੱਕ ਜੋਤ ਦਾ ਹੋਕਾ ਲਾਇਆ ਜੀ, ਪੜ੍ਹਾਉਣ ਵਾਲੇ ਪਾਂਧੇ ਨੂੰ ਵੀ ਪੜ੍ਹਨੇ ਪਾਇਆ ਜੀ। ਨਾਮ ਜਪੋ ਕਿਰਤ ਕਰੋ ਵੰਡ ਛਕੋ ਮੁੱਖੋਂ ਫਰਮਾਇਆ ਜੀ, ਨਾਮ ਜਪੋ ਕਿਰਤ ਕਰੋ ਵੰਡ ਛਕੋ ਮੁੱਖੋਂ ਫਰਮਾਇਆ ਜੀ, ਅੱਜ ਵੀ ਚੱਲੀ ਜਾਂਦਾ ਬੀਹਾਂ ਦਾ ਜਿਹੜਾ ਲੰਗਰ ਲਾਇਆ ਜੀ। ਮਿੱਠਤ ਨੀਵੀਂ ਨਾਨਕਾ ਕਹਿ ਕੇ ਐਸੀ ਮਿਠਾਸ ਘੋਲ ਗਏ, ਮਿੱਠਤ ਨੀਵੀਂ ਨਾਨਕਾ ਕਹਿ ਕੇ ਐਸੀ ਮਿਠਾਸ ਘੋਲ ਗਏ, ਇੱਕ ਇੱਕ ਸ਼ਬਦ ਬੜਾ ਅਨਮੋਲ ਜਿਹੜਾ ਮੁੱਖੋਂ ਬੋਲ ਗਏ। ਜਿੱਤ ਜੰਮੇ ਰਜ਼ਾਨ ਕਹਿ ਕੇ ਵੜਿਆਇਆ ਸੀ, ਜਿੱਤ ਜੰਮੇ ਰਾਜਾਨ ਕਹਿ ਕੇ ਵੜਿਆਇਆ ਸੀ, ਜੱਗ ਜਾਣੀ ਦਾ ਖਿਤਾਬ ਹੋਏ ਝੋਲੀ ਪਾਇਆ ਸੀ। ਪਾਪਾਂ ਦੀ ਜੰਝ ਕਹਿ ਕੇ ਬਾਬਰ ਨੂੰ ਫਿਟਕਾਰਿਆ ਸੀ, ਪਾਪਾਂ ਦੀ ਜੰਝ ਕਹਿ ਕੇ ਬਾਬਰ ਨੂੰ ਫਿਟਕਾਰਿਆ ਸੀ, ਤੈਂ ਕੀ ਦਰਦ ਨਾ ਆਇਆ ਰੱਬ ਨੂੰ ਮਿਹਣਾ ਮਾਰਿਆ ਸੀ। ਸਿੱਧ ਗੋਸ਼ਟਾਂ ਕਰਕੇ ਕਿਹਾ ਸੁੱਤਿਓ ਜਾਗੋ ਏ, ਸਿੱਧ ਗੋਸ਼ਟਾਂ ਕਰਕੇ ਕਿਹਾ ਸੁੱਤਿਓ ਜਾਗੋ ਜੀ, ਸਿੱਧੇ ਰਾਹੇ ਪੈ ਗਏ ਸੱਜਣ ਠੱਗ ਅਤੇ ਮਲਕ ਭਾਗੋ ਜੀ। ਸਦਾ ਭਲਾ ਸੋਚਿਆ ਕੁੱਲ ਦੁਨੀਆਂ ਦੇ ਵਾਸੀਆਂ ਦਾ, ਸਦਾ ਭਲਾ ਸੋਚਿਆ ਕੁੱਲ ਦੁਨੀਆਂ ਦੇ ਵਾਸੀਆਂ ਦਾ, ਬੜਾ ਔਖਾ ਬਿਆਨ ਕਰਨਾ ਕੀਤੀਆਂ ਚਾਰ ਉਦਾਸੀਆਂ ਦਾ। ਮਰਦਾਨਾ ਰਬਾਬ ਵਜਾਉਂਦਾ ਧੁਰਕੀ ਬਾਣੀ ਆਉਂਦੀ ਆ, ਮਰਦਾਨਾ ਰਬਾਬ ਵਜਾਉਂਦਾ ਧੁਰਕੀ ਬਾਣੀ ਆਉਂਦੀ ਆ, ਬਾਬੇ ਦੀ ਬਾਣੀ ਗਾਗਰ ਚੋਏ ਸਾਗਰ ਸਮਾਉਂਦੀ ਹੈ। ਮੇਰੀ ਕਲਮ ਬੜੀ ਹੀ ਛੋਟੀ, ਮੇਰੀ ਕਲਮ ਬੜੀ ਹੀ ਛੋਟੀ ਅਤੇ ਬਾਬੇ ਦੀ ਸ਼ਖਸੀਅਤ ਵੱਡੀ ਏ, ਮੇਰੀ ਕਲਮ ਬੜੀ ਹੀ ਛੋਟੀ ਅਤੇ ਬਾਬੇ ਦੀ ਸ਼ਖਸੀਅਤ ਵੱਡੀ ਏ, ਬਾਬਾ ਜੀ ਇੱਕ ਸਮੁੰਦਰ ਮੈਂ ਤਾਂ ਇੱਕ ਬੂੰਦ ਕੱਢੀ।